ਸਰਸਿਕਲ ਦੋਸਤੋ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ ਸਿੱਧੂ ਮੂਸੇਵਾਲੇ ਨੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਤੇ ਹਰ ਪੰਜਾਬੀ ਦੇ ਦਿਲ ਦੇ ਵਿੱਚ ਵਸ ਕੇ ਉਹਨਾਂ ਦੇ ਦਿਲਾਂ ਤੇ ਰਾਜ ਕੀਤਾ ਸਿੱਧੂ ਹਮੇਸ਼ਾ ਹੀ ਕਹਿੰਦੇ ਸੀ ਕਿ ਮੈਂ ਬਹੁਤ ਸਾਰੇ ਗੀਤ ਲਿਖੇ ਨੇ ਤੇ ਬਹੁਤ ਸਾਰੇ ਗੀਤ ਰਿਕਾਰਡ ਕੀਤੇ ਹੋਏ ਨੇ ਸਿੱਧੂ ਇਸ ਦੁਨੀਆ ਦੇ ਵਿੱਚ ਤੇ ਨਹੀਂ ਹੈ ਲੇਕਿਨ ਉਹਨਾਂ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨੀ ਚੜੇ ਹੋਏ ਨੇ ਹਾਲੀ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ ਸਿੱਧੂ ਦੇ ਇੱਕ ਗਾਣੇ ਦਾ ਅਨਾਉਂਸਮੈਂਟ ਕੀਤੀ ਗਈ ਗਾਣੇ ਦਾ ਨਾਮ ਹੈਗਾ ਜੀ ਵਾਰ ਪੋਸਟਰ ਸ਼ੇਅਰ ਕੀਤਾ ਗਿਆ ਪੋਸਟਰ ਸ਼ੇਅਰ ਕਰਦਿਆਂ ਸਿੱਧੂ ਮੂਸੇਵਾਲੇ ਦੀ ਟੀਮ ਨੇ ਲਿਖਿਆ ਵੀ 올 ਕੈਰੀ ਇਨਸਾਈਡ ਅਸ ਪੀਪਲ ਹੂ ਕੇਮ ਬਿਫੋਰ ਅਸ ਡ੍ਰੋਪਿੰਗ ਥਿਸ Song ਔਨ 8th ਨਵੰਬਰ 10am ਸ਼ਾਰਪ ਤੇ 10 ਵਜੇ 8 ਤਰੀਕ ਨੂੰ ਇਹ ਗਾਣੇ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਕਾਲੇ ਰੰਗ ਦੇ ਪੋਸਟਰ ਦੇ ਉੱਪਰ ਵਾਈਟ ਕਲਰ ਦੇ ਵਿੱਚ ਵਾਰ ਲਿਖਿਆ ਗਿਆ ਹੈ ਸਿੱਧੂ ਦਾ ਨਾਮ ਹੈਗਾ ਜੀ 뮤직 ਡਾਇਰੈਕਟਰ 스나피 ਨੇ ਇਸ ਗੀਤ ਦਾ 뮤직 ਕੀਤਾ ਹੈ ਤੇ ਨਵਕਰਨ ਬਰਾੜ ਦਾ ਨਾਮ ਲਿਖਿਆ ਹੋਇਆ ਜਿੱਦਾਂ ਹੀ ਇਸ ਪੋਸਟਰ ਨੂੰ ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ ਸ਼ੇਅਰ ਕੀਤਾ ਗਿਆ ਉਦਾਂ ਹੀ ਪੰਜਾਬੀ ਇੰਡਸਟਰੀ ਨੇ ਇਸ ਪੋਸਟਰ ਨੂੰ ਵੱਧ ਤੋਂ ਵੱਧ ਰੀਸ਼ੇਅਰ ਕਰਕੇ ਸਿੱਧੂ ਦੇ ਫੈਨਸ ਤੱਕ ਉਹਨਾਂ ਦਾ ਗੀਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ सिद्धू ਨੇ ਪੂਰੀ ਦੁਨੀਆ ਦੇ ਵਿੱਚ ਤੇ ਨਾਂ ਕਮਾਇਆ ਹੀ ਕਮਾਇਆ ਹੈ ਲੇਕਿਨ ਪੰਜਾਬੀ ਇੰਡਸਟਰੀ ਦੇ ਹਰ ਆਰਟਿਸਟ ਦੇ ਦਿਲ ਦੇ ਵਿੱਚ ਵੀ ਆਪਣੀ ਇੱਕ ਵੱਖਰੀ ਛਾਪ ਛੱਡੀ ਹੈ ਸਿੱਧੂ ਮੂਸੇਵਾਲੇ ਦੇ ਬਹੁਤ ਹੀ ਜ਼ਿਆਦਾ ਅਜ਼ੀਜ਼ ਸਨੀ ਮਾਲਟ ਨੇ ਲਿਖਿਆ ਵੀ ਆਲ ਮਿਸ ਯੂ ਬ੍ਰੋ ਆਈ نو ਹਾਊ ਮਚ ਯੂ ਮਿਸ ਯੋਰ ਫੈਨਸ ਵੀ ਆਲ ਆਰ ਗੋਇੰਗ ਟੂ ਕੀਪ ਯੋਰ ਲੇਗੇਸੀ ਅਲਾਈਵ ਫੋਰਐਵਰ ਨੈਵਰ ਫੋਲਡ ਨੈਵਰ ਬੈਕ ਡਾਊਨ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮ੍ਰਿਤਮਾਨ ਗਿੱਪੀ ਗਰੇਵਾਲ ਹਰ ਇੱਕ ਪੰਜਾਬੀ ਆਰਟਿਸਟ ਨੇ ਇਸ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਈਵਨ ਹੀ ਬਾਲੀਵੁੱਡ ਦੇ ਆਸੀਮ ਰਿਆਜ਼ ਨੇ ਵੀ ਇਸ ਪੋਸਟਰ ਦੇ ਉੱਪਰ ਕਮੈਂਟ ਕੀਤਾ ਔਰ ਨਾਲ ਹੀ ਨਾਲ ਹਾਲੀਵੁੱਡ ਤੋਂ ਵੀ ਆਰਟਿਸਟਾਂ ਨੇ ਇਸ ਪੋਸਟਰ ਨੂੰ ਕਮੈਂਟ ਕਰਕੇ ਆਪਣੀਆਂ ਬਲੇਸਿੰਗਸ ਦਿੱਤੀਆਂ ਨਾਲ ਐਪਰੀਸ਼ੀਏਟ ਕੀਤਾ ਸੋ ਇਹ ਕੰਮ ਸਿਰਫ ਹੀ ਸਿਰਫ ਸਿੱਧੂ ਮੂਸੇਵਾਲੇ ਲਈ ਹੋਇਆ ਕਿਉਂਕਿ ਸਿੱਧੂ ਦੁਨੀਆ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਹੈ ਸਿੱਧੂ ਅਮਰ ਹੈ ਔਰ ਇਹ ਚੀਜ਼ ਉਦੋਂ ਸਾਫ਼ ਜ਼ਾਹਿਰ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਗਾਏ ਹੋਏ ਗੀਤ ਰਿਕਾਰਡ ਕੀਤੇ ਹੋਏ ਗੀਤ ਉਹਨਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਰਿਲੀਜ਼ ਕੀਤੇ ਜਾ ਰਹੇ ਨੇ ਤੇ ਲੋਕ ਉਹਦੀ ਉਡੀਕ ਕਰ ਰਹੇ ਨੇ ਲੋਕਾਂ ਨੇ ਬਥੇਰੇ ਨੇ ਕਮੈਂਟ ਲਿਖਿਆ ਲੈਜੈਂਡ ਫਰ ਨੇਵਰ ਫੋਲਡ ਐਂਡ ਨੇਵਰ ਬੈਕ ਡਾਊਨ ਦਿਲਦਾਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਦੇਖਣ ਨੂੰ ਮਿਲਦੀਆਂ ਨੇ ਤੇ ਸਿੱਧੂ ਮੂਸੇਵਾਲਾ ਅਮਰ ਹੈ ਇਹ ਚੀਜ਼ ਸਾਬਿਤ ਉਹਨਾਂ ਦੇ ਫੈਨਸ ਨੇ ਵੀ ਉਹਨਾਂ ਦੇ ਆਉਣ ਵਾਲੇ ਗੀਤ ਤੇ ਉੱਪਰ ਸ਼ੇਅਰਿੰਗ ਕਰਕੇ ਕਮੈਂਟ ਕਰਕੇ ਦੱਸੀਏ ਤੇ ਸਾਬਿਤ ਕੀਤੀ ਹੈ ਤੁਹਾਨੂੰ ਕਿੰਨਾ ਇੰਤਜ਼ਾਰ ਹੈ ਸਿੱਧੂ ਦੇ ਗੀਤ ਦਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਅਸੀਂ ਹਮੇਸ਼ਾ ਹੀ ਆਸ ਕਰਾਂਗੇ ਜਿੰਨੇ ਵੀ ਗੀਤ ਸਿੱਧੂ ਨੇ ਰਿਕਾਰਡ ਕੀਤੇ ਸਾਰੇ ਬੈਕ ਟੂ ਬੈਕ ਰਿਲੀਜ਼ ਕੀਤੇ ਜਾਣ ਤਾਂ ਕਿ ਸਿੱਧੂ ਮੂਸੇਵਾਲੇ ਦੀ ਫੈਨਸ ਤੱਕ ਉਹ ਗੀਤ ਹਮੇਸ਼ਾ ਪਹੁੰਚਦੇ ਰਹਿਣ